ਗੱਲ ਹੈ, ਮੈਨੂੰ ਬੜੇ ਪਿਆਰੇ ਲੱਗਦੇ, ਕੀ ਕਰਾਂ ਮੈਂ। ਮੈਂ ਇੱਕ ਵਾਰੀ ਜੀ ਕੋਈ ਬੜੇ ਸਾਲਾਂ ਦੀ ਗੱਲ ਸੀ, ਰੂਸ ਚਲੀ ਗਈ। ਰੂਸ ਪ੍ਰੋਗਰਾਮ ਸੀ ਅਤੇ ਆਪਣੇ ਪਾਕਿਸਤਾਨ ਨੇ ਮੈਨੂੰ ਗੌਰਮੈਂਟ ਵੱਲੋਂ ਕਿਹਾ ਰਿਸ਼ਮਾ ਆਪ ਜਾਏ। ਮੈਂ ਜੀ ਰੂਸ ਅਸੀਂ ਗਏ, ਕੋਈ 100-150 ਬੰਦੇ ਤਾਇਫਾ ਜਿਵੇਂ ਉਹਨਾਂ ਦੇ ਇੱਥੇ ਆਉਂਦੇ ਸਾਡੇ ਉੱਧਰ ਜਾਂਦੇ। ਹੁਣ ਮੈਂ ਸਵੇਰੇ ਸਵੇਰੇ ਉਹ ਬਾਹਰ ਫਿਰਨ, ਉਹਨਾਂ ਦੇ ਮੁਲਕ ਦੇਖੂ, ਮਸ਼ੀਨ ਦੀਆਂ ਸੜਕ ਅਤੇ ਰਸਤਾ ਭੁੱਲ ਗਈ। ਹੁਣ ਨਾ ਮੈਨੂੰ ਅੰਗਰੇਜ਼ੀ ਆਵੇ ਨਾ ਕੋਈ ਬਾਤ, ਹੁਣ ਕੀ ਕਰਾਂ, ਫਿਕਰ ਵਿੱਚ ਪੈ ਗਈ। ਇੱਧਰ ਉੱਧਰ ਵੇਖਾਂ ਤਾਂ ਸਾਰੀਆਂ ਅੰਗਰੇਜ਼ੀਆਂ ਹੀ ਅੰਗਰੇਜ਼ੀਆਂ ਨਜ਼ਰ ਆਉਣ। ਇੱਕ ਸਰਦਾਰ ਜੀ ਮੈਨੂੰ ਮਿਲ ਗਿਆ। ਮੈਂ ਕਿਹਾ ਯਾ ਅੱਲਾ, ਸ਼ੁਕਰ ਹੈ ਮੇਰਾ ਪਿਓ ਮਿਲ ਗਿਆ। ਮੇਰਾ ਵੀ ਪਿਓ ਪੱਗ ਬੰਨਦੇ ਸੀ। ਮੈਂ ਕਿਹਾ, ਉਹਨਾਂ ਦੀ ਦੁਕਾਨ ਸੀ ਘੜੀਆਂ ਦੀ, ਮੈਂ ਭੱਜ ਕੇ ਗਈ। ਮੈਂ ਕਿਹਾ ਸਰਦਾਰ ਜੀ, ਹਾਂ ਪੁੱਤਰ ਕੀ ਗੱਲ ਹੈ। ਮੈਂ ਕਿਹਾ ਜੀ ਅਸੀਂ ਪਾਕਿਸਤਾਨ ਨੂੰ ਆਏ ਹਾਂ ਅਤੇ ਮੇਰਾ ਵੀਰ, ਮੈਂ ਤਾਂ ਇਹ ਸੜਕਾਂ ਦੇਖਦੀ ਦੇਖਦੀ ਤੇਰੇ ਵੱਲ ਆ ਗਈ ਹਾਂ। ਕਹਿਣ ਲੱਗੇ ਫਿਰ? ਮੈਂ ਕਿਹਾ ਰਸਤਾ ਭੁੱਲ ਗਏ। ਅਤੇ ਕਿਹਾ ਕਿਹੜੀ ਜਗ੍ਹਾ ਤੋਂ ਆਏ? ਮੈਂ ਕਿਹਾ ਇਹ ਮੈਨੂੰ ਹੀ ਪਤਾ ਨਹੀਂ, ਲੇਕਿਨ ਮੇਰੇ ਕੋਲ ਉਹਨਾਂ ਦਾ ਚਾਬੀ ਹੈ ਕਮਰੇ ਦੀ। ਉਹਨਾਂ ਨੇ ਵੇਖ ਕੇ ਆਪਣਾ ਸਾਰਾ ਪਤਾ ਨਿਸ਼ਾਨ, ਅਤੇ ਉਹਨਾਂ ਨੇ ਮੈਨੂੰ ਘਰ ਛੱਡ ਕੇ ਆਏ। ਮੈਂ ਕਿਹਾ ਜੀ ਮੇਰਾ ਨਾਂ ਰੇਸ਼ਮਾ ਹੈ। ਕਹਿਣਗੇ ਅੱਛਾ, ਰੇਸ਼ਮਾ ਜਿਹੜੀ ਪੰਜਾਬੀ ਗਾਣੇ ਗਾ ਜਾਂਦੀ, ਹਾਏ ਰੱਬਾ ਨਹੀਂ ਲੱਗਦਾ ਦਿਲ ਮੇਰਾ। ਹਾਂ ਮੈਂ ਕਿਹਾ ਸਰਦਾਰ ਜੀ, ਤੁਹਾਡੇ ਵੀ ਘਰ ਦਿਲ ਨਹੀਂ ਲੱਗਿਆ ਤਾਂ ਮੈਂ ਰੂਸ ਆ ਗਈ। ਅਤੇ ਜਿੱਥੇ ਸਰਦਾਰ ਜੀ ਨਾ ਹੋਵੇ ਨਾ ਇਮਾਨ ਨਾਲ, ਉਹ ਮਹਿਫਲ ਮੈਨੂੰ ਅਧੂਰੀ ਲੱਗਦੀ, ਭਾਵੇਂ ਤੁਸੀਂ ਨਾਰਾਜ਼ ਹੋ। ਹਾਂ ਮੇਰੇ ਬਿਰਾਂ ਹੈ, ਕਿਉਂਕਿ ਨਾ ਰੇਸ਼ਮਾ ਦਾ ਤਬਦੀਲ ਹੋਇਆ ਲਿਬਾਸ, ਭਾਵੇਂ ਤੁਸੀਂ ਕਿਹੜੇ ਮੁਲਕ ਲੈ ਜਾਓ, ਅਤੇ ਨਾ ਸਰਦਾਰਾਂ ਦਾ ਆਪਣਾ ਚੇਂਜ ਮੁਲਕ ਹੁੰਦਾ। ਇਹ ਮੈਂ ਪੱਕੀ ਗਰੰਟੀ ਦਿੰਦੀ ਹਾਂ, ਨਾ ਰੇਸ਼ਮਾ ਬਦਲਦੀ ਅਤੇ ਨਾ ਸਰਦਾਰ ਜੀ ਬਦਲਦੇ। ਅਸੀਂ ਅਗਲੇ ਜਨਮਾਂ ਦੇ ਕੋਈ ਭੈਣ ਭਾਈ ਹੈ, ਅਤੇ ਉਂਝੇ ਮੈਂ ਸਾਰੇ ਵਲੀਆਂ ਦੀ, ਬਾਬਾ ਗੁਰੂ ਨਾਨਕ ਜੀ ਦੀ, ਅਸੀਂ ਸਾਰਿਆਂ ਦੀ ਇੱਜ਼ਤ ਕਰਦੇ। ਖੁਦਾ ਗਾ, ਮੈਂ ਅੰਮ੍ਰਿਤਸਰ ਗਈ, ਮੈਂ ਬਾਬਾ ਜੀ ਦੇ ਦਰਬਾਰ 'ਤੇ ਹੋ ਕੇ ਆਈ, ਫਿਰ ਉਹਨਾਂ ਦਾ ਮੈਂ ਸ਼ਬਦ ਸੁਣਾਇਆ, ਅਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਹਾਂ। ਮਿੱਤਰ ਪਿਆਰਿਆਂ ਨੂੰ, ਅਵਲ ਅੱਲਾ ਨੂਰ ਉਹ ਪਾਈਓ ਕੁਦਰਤ ਕੇ ਸਭ ਬੰਦੇ, ਇੱਕ ਨੂਰ 'ਚ ਸਭ ਜਗ ਉਪਜੋ ਕੋ ਭਲੇ ਕੋ ਮੰਦੇ। ਇਹ ਮੈਨੂੰ ਲਿਖ ਕੇ ਨਹੀਂ ਦਿੱਤਾ, ਮੇਰੀ ਕਿਤਾਬ ਪਾਕਿਸਤਾਨ ਰਹਿ ਗਈ। ਉਂਝੇ ਮੈਂ ਅਲਿਬੇ ਪੜ੍ਹੀ ਹੋਈ ਹਾਂ ਸਰਦਾਰ ਜੀ।